सत श्रीकाल दोस्तों, मैं तुहाड़ा साथी गुरनाम सिंह मैसमपुरी। जिवें तुहानू पता ही है वी अपने मैथपुर दे विच खूनदान कैंप लग्या होया और हुण तक 65 यूनिट खूनदान हो चुक्या। और इहदे विच मैनू दसदिआं बड़ी खुशी हो रही है कि पहली बार मैथपुर इलाके दे विच 5 बीबियां खूनदान कर गईआं। सो साडे नाल साडी बीबी भैण खूनदान कर चुकी है, आपां इहनां नूं नां पुछांगे। भैण जी, की नां तुहाडा? कमलजीत कौर। तुहाडा पिंड किहड़ा? बूटे दी छन्नो। ते तुसीं पहलां वी कदे खूनदान कीता? नहीं, पहली वार कीता। पहली वार कर रहे। ਅਤੇ ਭੈਣ ਜੀ, ਤੁਸੀਂ ਅੱਜ ਬੜਾ ਮਤਲਬ ਮੁਖਤਰ ਮਨੁੱਖਤਾ ਵਾਸਤੇ ਬਹੁਤ ਵੱਡੀ ਸੇਵਾ ਕੀਤੀ ਹੈ। ਖੂਨਦਾਨ ਜੀਵਨਦਾਨ ਹੈ, ਤੁਸੀਂ ਖੂਨਦਾਨ ਕੀਤਾ ਹੈ, ਕਿਸੇ ਦੀ ਜਾਨ ਬਚਾਊਗਾ। ਅਤੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਖੂਨਦਾਨ ਕਰਕੇ? ਬਹੁਤ ਵਧੀਆ ਲੱਗ ਰਿਹਾ। ਅਤੇ ਦੂਜੀਆਂ ਬੀਬੀਆਂ ਭੈਣਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਉਹ ਵੀ ਖੂਨਦਾਨ ਕਰਨ? ਉਹਨਾਂ ਨੇ ਇਹੋ ਹੀ ਕਹਿਣਾ ਚਾਹੁੰਦੀ ਦੀ ਕੁਛ ਨਹੀਂ, ਖੂਨਦਾਨ ਕਰਨਾ ਚਾਹੀਦਾ। ਕੋਈ ਡਰਨ ਦੀ ਲੋੜ ਨਹੀਂ ਹੈਗੀ? ਹਾਂਜੀ, ਡਰਨ ਦੀ ਕੋਈ ਲੋੜ। ਅਤੇ ਦੇਖੋ, ਤੁਹਾਡਾ ਇੱਥੋਂ ਮੇਰੇ ਹਿਸਾਬ ਨਾਲ ਵੀ 25 ਕਿਲੋਮੀਟਰ ਪੈਂਦਾ, ਤੁਸੀਂ ਚੱਲ ਕੇ ਆਏ ਹੋ। ਹਾਂਜੀ। ਅਤੇ ਤੁਹਾਡਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਵੀ ਤੁਸੀਂ ਹਰੇਕ ਕੈਂਪ ਦੇ ਵਿੱਚ ਪਹੁੰਚ ਕੇ ਆਪਣੇ ਪਰਿਵਾਰ ਸਮੇਤ। ਦੋਸਤੋ, ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਪਰਿਵਾਰ ਦੇ ਹੀ 3 ਮੈਂਬਰ ਖੂਨਦਾਨ ਕਰ ਰਹੇ ਹਾਂ। ਸੋ ਬਹੁਤ ਵੱਡੀ ਗੱਲ ਹੈ ਵੀ ਇਹਨਾਂ ਇੱਕ ਪਰਿਵਾਰ ਦੇ 3 ਮੈਂਬਰ ਖੂਨਦਾਨ ਕਰਦੇ ਆ। ਸੋ ਇਹ ਬਹੁਤ ਵੱਡਾ ਸਫਲ ਕੈਂਪ ਹੈ। ਸੋ ਹੁਣ ਆਪਾਂ ਗੱਲ ਕਰਾਂਗੇ ਬੀਬੀ ਭੈਣ ਰਾਜਵੀਰ ਕੌਰ ਜੀ ਕਾਂਗੜਾ, ਪ੍ਰਧਾਨ ਬਲੱਡ ਡੋਨਰਸ ਕਲੱਬ ਕਾਂਗੜਾ। ਸੋ ਇਹਨਾਂ ਨੇ ਆਪਣੇ ਪਿੰਡ ਵਿੱਚ ਵੀ 2-3 ਵਾਰ ਕੈਂਪ ਲਵਾਇਆ, ਹੁਣ ਵੀ ਇਹ ਤਿਆਰੀ ਵਿੱਚ ਬੈਠੇ ਵੀ ਕੈਂਪ ਲਵਾਉਣਗੇ। ਸੋ ਮੈਡਮ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਕੈਂਪ ਬਾਰੇ? ਹਾਂਜੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਜੀ, ਜਿੱਦਾਂ ਇਹਦੇ ਵਿੱਚ ਸਾਡੀਆਂ ਬੀਬੀਆਂ ਨੇ ਖੂਨਦਾਨ ਕੀਤਾ ਆ, ਸਾਰੀਆਂ ਬੀਬੀਆਂ ਨੂੰ ਰਿਕੁਐਸਟ ਕਰਨਾ ਚਾਹੁੰਦੇ ਹਾਂ ਆਪਾਂ ਕਿ ਖੂਨਦਾਨ ਸਾਨੂੰ ਕਰਨਾ ਚਾਹੀਦਾ ਆ, ਖੂਨਦਾਨ ਮਹਾਦਾਨ। ਥੈਂਕ ਯੂ। ਥੈਂਕ ਯੂ ਵੈਰੀ ਮੱਚ। ਸੋ ਮੈਂ ਇਹਨਾਂ ਬੇਨਤੀਆਂ ਦੇ ਨਾਲ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕਰਦਾ। ਸਰਦਾਰ ਪਰਮਜੀਤ ਸਿੰਘ ਜੀ ਭੁੱਡੀਪੁਰ, ਸਰਦਾਰ ਨਿਰਮਲ ਸਿੰਘ ਜੀ ਜੋਸਣ ਸਾਹਿਬ, ਜਿਨ੍ਹਾਂ ਨੇ ਬੜੀ ਐਫਰਟ ਕੀਤੀ ਹੈ ਸਵੇਰ ਤੋਂ, ਔਰ ਇਹ ਇੱਕ ਕਾਮਯਾਬ ਪੂਰਾ ਕੈਂਪ ਅਸੀਂ ਨਿਪਰੇ ਚੜ੍ਹ ਰਹੇ ਹਾਂ। ਔਰ ਮੈਂ ਫਿਰ ਬੇਨਤੀ ਕਰਨੀ ਚਾਹੁੰਦਾ ਵੀ ਕੈਂਪ ਆਪਾਂ ਸ਼ਾਮ ਦੇ 7 ਵਜੇ ਤੱਕ ਚਲਾਉਣਾ। ਜਿਹੜੇ ਵੀ ਦੋਸਤ ਮੇਰੀ ਇਹ ਗੱਲ ਸੁਣਦੇ ਹੋਣ, ਉਹ ਜ਼ਰੂਰ ਰਹਿੰਦੇ ਸਮੇਂ ਵਿੱਚ ਖੂਨਦਾਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।